ਜ਼ਿਲ੍ਹੇ ਦੇ ਪਿੰਡ ਮੱਲਣ 'ਚ ਗੁਰਦੁਆਰਾ ਸਾਹਿਬ ਦੇ ਕਬਜ਼ੇ ਨੂੰ ਲੈ ਕੇ ਦੋ ਨਿਹੰਗ ਸਿੰਘ ਧੜਿਆਂ ਵਿੱਚ ਹਿੰਸਕ ਝੜਪ ਹੋਈ। ਇਸ ਦੌਰਾਨ ਜੰਮ ਕੇ ਫਾਇਰਿੰਗ ਹੋਈ। ਫਾਇਰਿੰਗ ਦੌਰਾਨ 3 ਲੋਕਾਂ ਦੀ ਮੌਤ ਹੋ ਗਈ, ਜਦਕਿ 3 ਲੋਕ ਗੰਭੀਰ ਜ਼ਖਮੀ ਹਨ। ਇਸ ਝੜਪ ਦੌਰਾਨ 2 ਗੱਡੀਆਂ ਨੂੰ ਅੱਗ ਵੀ ਲਾ ਦਿੱਤੀ ਗਈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਜ਼ਿਲ੍ਹੇ ਦੇ SSP ਸਮੇਤ ਭਾਰੀ ਪੁਲਿਸ ਫੋਰਸ ਮੌਕੇ 'ਤੇ ਪਹੁੰਚੀ ਅਤੇ ਹਾਲਾਤ ਨੂੰ ਕਾਬੂ ਵਿੱਚ ਕੀਤਾ ਗਿਆ। ਜ਼ਖਮੀਆਂ ਨੂੰ ਹਸਪਤਾਲ ਪਹੁੰਚਾ ਦਿੱਤਾ ਗਿਆ। ਮੱਲਣ ਗਾਓਂ ਮੇਂ ਹੈ ਨਿਹੰਗ ਹੈ, ਉਨਕੇ ਪਾਸ ਥਾ ਇਨਕਾ ਕਬਜ਼ਾ ਪਹਿਲੇ, ਔਰ ਕੱਲ ਕੋਈ ਨਿਹੰਗ ਮੁਖੀ ਨੇ ਕਿਸੀ ਔਰ ਕੋ ਚਿੱਠੀ ਲਿਖ ਕੇ ਦੀ ਔਰ ਵੋ ਯਹਾਂ ਪਰ ਆ ਗਏ ਥੇ ਔਰ ਜੋ ਪਹਿਲੇ ਵਾਲੇ ਜੋ ਥੇ ਵੋ ਵਹਾਂ ਸੇ ਚਲੇ ਗਏ ਥੇ ਔਰ ਆਜ ਸੁਬਹ ਉਹ ਕਾਫੀ ਬੜੀ ਤਾਦਾਦ ਮੇਂ ਤਕਰੀਬਨ ਜੋ ਬਤਾਤੇ ਹੈ ਗਾਓਂ ਵਾਲੇ 150-200 ਆਦਮੀ ਔਰ ਗਾਓਂ ਵਾਲੇ ਵੀ ਉਨਕੇ ਸਾਥ ਥੇ ਤੋ ਉਨ੍ਹੋਂਨੇ ਆਕਰ ਯਹਾਂ ਪਰ ਕਿਉਂਕਿ ਮੇਨ ਜੋ ਗੇਟ ਥਾ ਵੋ ਬੰਦ ਕਰ ਲਿਆ ਥਾ ਇਨ੍ਹੋਂਨੇ ਤੋ ਸਾਈਡ ਮੇਂ ਸੇ ਜੋ ਦੀਵਾਰੇ ਵਗੈਰਾ ਵੋ ਫਾਂਦ ਕਰ ਉਨ੍ਹੋਂਨੇ ਆ ਕੇ ਯਹਾਂ ਪਰ ਹਮਲਾ ਕੀਆ ਔਰ ਫਾਇਰਿੰਗ ਤੋਂ ਦੋਨੋਂ ਤਰਫ ਸੇ ਹੋਈ ਹੈ ਅਭੀ ਬਟ ਯਹਾਂ ਪਰ ਜੋ ਹੈ ਜੋ ਜਿਨ੍ਹੋਂਨੇ ਕੱਲ੍ਹ ਯਹਾਂ ਪਰ ਕਬਜ਼ਾ ਕੀਆ ਉਨਕੀ 3 ਲੋਕੋਂ ਕੀ ਮੌਤ ਹੋਈ ਹੈ। ਹਾਂ, 2 ਗਾੜੀਓਂ ਕੋ ਆਗ ਲਗਾਈ ਗਈ ਹੈ। ਵਜ੍ਹਾ ਸਿਰਫ ਕਬਜ਼ੇ ਕੋ ਲੇਕਰ ਅਭੀ ਤੱਕ ਜੋ ਸਾਹਮਣੇ ਆ ਰਿਹਾ ਬਾਕੀ ਅਭੀ ਜੋ ਤਫਤੀਸ਼ ਹੈ ਵੋ ਦੇਖਿਆ ਜਾਏਗਾ। ਥੈਂਕ ਯੂ। ਮੁਕਤਸਰ ਤੋਂ ਸੋਨੀ ਢੱਲਾ, ਖਬਰ ਹਰਪਲ ਇੰਡੀਆ ਦੀ।